ਅਸਲੀ ਸ਼ਧਾਈ ਉਹ ਹੈ, ਮੈਂ ਪਹਿਲੀ ਵਾਰ ਯੂਜ਼ ਕਰ ਰਿਹਾ ਵਰਡ ਟੈਕਨੋਲੋਜੀ ਲਈ। ਇੱਕ ਹੋਰ ਸੌਰੀ ਟੂ ਕਟ, ਬਟ ਇੱਕ ਹੋਰ ਚੀਜ਼ ਵੀ ਕਰਦੇ ਆ। ਸ਼ੇਖਰ ਨਹੀਂ, ਹਰਸਿਮਰਨ। ਸੌਰੀ ਟੂ ਕਟ। ਅੱਛਾ ਸੌਰੀ। ਹਲੋ ਸਾਰਿਆਂ ਨੂੰ, ਅਸੀਂ ਇਟਸ ਨਾਟ ਇਵਨ ਮੀ। ਸੌਰੀ ਟੂ ਕਟ। ਹਰਜੋਤ ਜੀ ਨੂੰ ਲੜਾਈ ਕਰਾਉਣ ਦੀ ਮੋਮੈਂਟ। ਓ ਯੈਸ, ਆਈ ਵਾਂਟਡ ਟੂ ਸੇ ਦਿਸ। ਆਈ ਵਾਂਟਡ ਟੂ ਸੇ ਦਿਸ। ਬਹੁਤ ਮੈਸੇਜ ਕਰਦੇ ਆ ਲੋਕ ਕਿ ਭਾਈ ਕੋਈ ਬੈਲੀਆਂ ਵਾਲੀ ਫਿਲਮ ਕਰੋ, ਕੋਈ ਐਂ ਕਰੋ ਐਂ ਕਰੋ, ਹੈ ਨਾ। ਐਕਟਰ ਲਈ ਚੈਲੰਜ ਹੀ ਇਹ ਹੁੰਦਾ, ਜਦੋਂ ਤੁਸੀਂ ਲੋਕ ਤੁਹਾਡੇ ਤੋਂ ਕੁਛ ਹੋਰ ਐਕਸਪੈਕਟ ਕਰ ਰਹੇ ਆ ਤਾਂ ਤੁਸੀਂ ਕੁਛ ਹੋਰ ਕਰ ਲਓ। ਸੋ ਰੋਤੋਂ ਪੰਜਾਬ ਦਾ ਦੇਖਦੇ, ਤੁਸੀਂ ਮੈਂ ਮਲਕੀਤ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਦੇ ਉੱਤੇ। ਅੱਜ ਅਸੀਂ ਗੱਲ ਕਰ ਰਹੇ ਹਾਂ ਮਿਸਟਰ ਸ਼ੁਦਾਈ ਦੀ ਟੀਮ। ਸਰ ਸਵਾਗਤ ਹੈ ਤੁਹਾਡਾ, ਮੈਮ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ। ਥੈਂਕ ਯੂ ਜੀ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਕਿ ਕਿੱਦਾਂ ਦਾ ਕਨਸੈਪਟ ਲੈ ਕੇ ਆ ਰਹੇ ਹੋ, ਕੀ ਫਿਲਮ ਦੇ ਵਿੱਚ ਕਿਰਦਾਰ ਹੈਗਾ ਤੁਹਾਡਾ? ਸਾਡਾ ਕਨਸੈਪਟ, ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਕੁਛ ਡਿਫਰੈਂਟ ਕਰੀਏ, ਬਿਕੋਜ਼ ਇੰਟਰਵਿਊਜ਼ ਦੇ ਵਿੱਚ ਲੋਕਾਂ ਦੇ ਰਿਵਿਊ ਸੁਣਦੇ ਰਹਿੰਦੇ ਹਾਂ ਨਾ, ਦੇਖਦੇ ਰਹਿੰਦੇ ਆਪਾਂ ਕਿ ਯਾਰ ਕੁਛ ਐਕਸਟਰਾ ਨਹੀਂ ਆ ਰਿਹਾ, ਕੁਛ ਇਹ ਨਹੀਂ ਹੋ ਰਿਹਾ। ਸਾਰੀਆਂ ਫਿਲਮਾਂ ਵਧੀਆ ਆ ਰਹੀਆਂ, ਇਹੋ ਜਿਹੀ ਗੱਲ ਨਹੀਂ, ਪਰ ਜੇ ਕੁਛ ਆਪਾਂ ਐਕਸਟਰਾ ਕਰਾਂਗੇ ਤਾਂ ਮੈਨੂੰ ਲੱਗਦਾ ਇੱਕ ਫਰੈਸ਼ਨੈਸ ਮਿਲੂਗੀ ਲੋਕਾਂ ਨੂੰ, ਹੈ ਨਾ, ਕੁਛ ਇੰਜੋਏ ਕਰਾਂਗੇ। ਅਤੇ ਇਸ ਫਿਲਮ ਟ੍ਰੇਲਰ ਦੀ ਮੈਨੂੰ ਖਾਸ ਗੱਲ ਇਹ ਲੱਗੀ ਕਿ ਅਗਰ ਕੋਈ ਭੂਤ ਕਿਸੇ ਆਤਮਾ ਸਰੀਰ ਦੇ ਵਿੱਚ ਜਾਂਦਾ ਤਾਂ ਉਹ ਬੰਦਾ ਗੈਪ ਕਰ ਦਿੱਤਾ ਜਾਂਦਾ, ਇਸ ਦੇ ਵਿੱਚ ਤੁਸੀਂ ਉਹ ਕਰੈਕਟਰ ਨੂੰ ਵੀ ਰੱਖਿਆ ਹੋ ਕਿ ਕੋਲ ਖੜਾ ਉੱਦਾਂ ਹੀ ਐਕਟ ਕਰ ਰਹੇ ਹੁੰਦੇ ਅਤੇ ਤੁਸੀਂ ਵੀ ਉੱਦਾਂ ਹੀ ਐਕਟ ਕਰ ਰਹੇ ਹੋ? ਹਾਂਜੀ, ਨਹੀਂ ਉਹ ਇਕੱਲਾ ਮੈਨੂੰ ਹੀ ਦਿਖ ਰਿਹਾ, ਆਡੀਅੰਸ ਨੂੰ ਤਾਂ ਚਲੋ ਦਿਖਾਉਣਾ ਹੀ ਦਿਖਾਉਣਾ, ਪਰ ਜਿਹੜੇ ਨਾਲ ਹੋਰ ਕਰੈਕਟਰ ਨੇ ਜਿਹੜੇ ਕਿ ਆਤਮਾਵਾਂ ਨਹੀਂ ਹੈ ਉਹਨਾਂ ਨੂੰ ਨਹੀਂ ਦਿਖ ਰਹੇ, ਉਸ ਤਰੀਕੇ ਨਾਲ ਅਸੀਂ ਸ਼ੂਟ ਕੀਤਾ ਹੈ। ਬੜਾ ਟਫ ਪਾਰਟ ਸੀ, ਸੋ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਹਰਜੋਤ ਸਿੰਘ ਭਾਅ ਜੀ, ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਤੇ। ਮੈਮ ਤੁਸੀਂ ਆਪਣੇ ਕਿਰਦਾਰ ਬਾਰੇ ਥੋੜਾ ਦੱਸੋ। ਪਲੇ ਪੁਲਿਸ ਅਫਸਰ ਨਹੀਂ, ਪਾਕਰ ਪੁਲਿਸ ਅਫਸਰ ਨਹੀਂ, ਅਫਸਰ ਨਹੀਂ, ਫਰਮ ਆਸਟ੍ਰੇਲੀਆ। ਵੈਰੀ ਗੁੱਡ ਕੈਰੈਕਟਰ, ਬਹੁਤ ਮਜ਼ਾ ਆਇਆ ਪਲੇ ਕਰਦੇ ਕਰਦੇ, ਅਫਸਰ ਵਾਲੀ ਫੀਲਿੰਗ ਲੈਣੀ। ਐਂਡ ਦੈਨ ਕੈਰੈਕਟਰਸ ਵਿੱਚ ਹੋਰ ਵੀ ਹਰਸਿਮਰਨ ਜੀ ਦੇ ਕੈਰੈਕਟਰ ਨਾਲ ਬਹੁਤ ਸਿਮਿਲੈਰਿਟੀਜ਼ ਨੇ, ਮਤਲਬ ਉਹ ਵੀ ਇੱਕ ਕਿਸਮ ਦੀ ਇਕੱਲੀ ਹੈ, ਜਸਟ ਮਦਰ ਹੈ ਨਹੀਂ ਕਿ ਫਾਦਰ ਨੇ ਜਿਹਨਾਂ ਨੂੰ ਡਰਿੰਕਿੰਗ ਪ੍ਰੋਬਲਮ ਹੈ। ਐਂਡ ਬਹੁਤ ਲਾਈਕ ਮਾਈਂਡਡ ਲੋਕ ਨੇ, ਇਕੱਲੇ ਹੋਣਾ ਥੋੜ੍ਹਾ ਜਿਹਾ ਲੋਅ ਹੋਣਾ ਲਾਈਫ ਵਿੱਚ, ਸੋ ਇਟਸ ਜਸਟ ਬਿਊਟੀਫੁਲ ਕਿੱਦਾਂ ਇਹਨਾਂ ਦੇ ਰਾਹ ਮਿਲਦੇ ਨੇ ਐਂਡ ਕਿਵੇਂ ਲਿਫਟ ਕਰਦੇ ਨੇ ਇੱਕ ਦੂਸਰੇ ਨੂੰ। ਸਰ ਇੱਦਾਂ ਰੀਅਲ ਲਾਈਫ ਇੰਸੀਡੈਂਟ ਵੀ ਬਹੁਤ ਹੁੰਦੇ ਨੇ, ਜਿਵੇਂ ਆਪਾਂ ਦੇਖਦੇ ਨੇ ਕੋਈ ਬੰਦਾ ਉਹਨੂੰ ਚਿਤਾ 'ਤੇ ਪਿਆ ਪਿਆ ਉੱਠ ਖੜਦਾ ਹੁੰਦਾ, ਉਸ ਚੀਜ਼ ਤੋਂ ਕਿੰਨੀ ਕੁ ਪ੍ਰਭਾਵਿਤ ਹੈ ਫਿਲਮ? ਇਕੱਲਾ ਟੋਪਿਕ ਉਹੀ ਹੈ ਕਿ ਅਸੀਂ ਉਹ ਚੀਜ਼ ਦਾ ਗੱਪ ਨਹੀਂ ਮਾਰਿਆ ਹੈਗਾ ਕਿ ਬੰਦਾ ਮਰ ਕੇ ਜਿਉਂਦਾ ਹੋ ਜਾਂਦਾ, ਬਾਕੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਫਿਲਮੀ ਫਿਲਮੀ ਚੀਜ਼ਾਂ ਕਿ ਕਾਲਪਨਿਕ ਚੀਜ਼ਾਂ, ਕਿ ਉਹਨਾਂ ਨੂੰ ਆਤਮਾਵਾਂ ਦਿਖਦੀਆਂ, ਕਿਉਂਕਿ ਜਿੱਦਾਂ ਇਸ ਤਰੀਕੇ ਦੇ ਜਿੰਨੇ ਵੀ ਲੋਕ ਮਰ ਕੇ ਜਿਉਂਦੇ ਹੋਏ ਆ ਅਸਲ ਦੇ ਵਿੱਚ, ਉਹਨਾਂ ਨੇ ਅੱਜ ਤੱਕ ਕਿਸੇ ਨਾਲ ਐਕਸਪੀਰੀਅੰਸ ਸ਼ੇਅਰ ਤਾਂ ਨਹੀਂ ਕੀਤਾ, ਪਰ ਅਸੀਂ ਫਿਰ ਇਹਨੂੰ ਕੌਮਿਕ ਵੇ ਨਾਲ ਵੀ ਦਿਖਾਇਆ ਥੋੜ੍ਹਾ ਜਿਹਾ। ਪਰ ਓਬਵੀਅਸਲੀ ਅਸੀਂ ਇਹਦੇ 'ਚ ਜੇ ਕੌਮਿਕ ਤਰੀਕੇ ਨਾਲ ਦਿਖਾਇਆ ਤਾਂ ਇਹਨੂੰ ਆਪਾਂ ਡਾਰਕ ਕਮੇਡੀ ਕਹਿ ਸਕਦੇ ਹਾਂ, ਡਾਰਕ ਕਮੇਡੀ ਦੇ ਤਰੀਕੇ ਨਾਲ ਕਿ ਪ੍ਰੋਬਲਮਸ ਕਿਵੇਂ ਹੁੰਦੀਆਂ ਲੋਕਾਂ ਨੂੰ, ਕਿਵੇਂ ਉਹ ਜ਼ਿੰਦਗੀ ਨੂੰ ਜਿਉਂਦੇ ਆ ਜੇ ਇਕੱਲੇ ਆ ਤਾਂ, ਫਿਰ ਜੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਵੀ ਨਹੀਂ ਹੈਗਾ, ਜੇ ਕੋਈ ਆਉਂਦਾ ਵੀ ਹੈ ਤਾਂ ਉਹ ਆਤਮਾਵਾਂ ਆ ਜਾਂਦੀਆਂ, ਸੋ ਉਸ ਤਰੀਕੇ ਨਾਲ ਬਣਾਏ। ਸਰ ਤੁਹਾਡਾ ਐਕਸਪੀਰੀਅੰਸ ਕਾਫੀ ਵੱਡਾ ਹੈ ਸਾਡੇ ਸਾਰਿਆਂ ਨਾਲੋਂ ਇੱਥੇ ਜੁੜੇ ਮੌਜੂਦ ਹਾਂ, ਤੁਹਾਡੀ ਲਾਈਫ ਦੇ ਵਿੱਚ ਕਦੀ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਜਿਹਨੇ ਤੁਹਾਨੂੰ ਇਸ ਤਰੀਕੇ ਦੀ ਕੋਈ ਘਟਨਾ ਸੁਣਾਈ ਹੋਵੇ, ਤੁਸੀਂ ਉਹਨੂੰ ਕਹਿ ਤਾ ਯਾਰ ਤੂੰ ਤਾਂ ਸ਼ਦਾਈ ਆ? ਨਹੀਂ ਆ, ਨਹੀਂ ਹੋਇਆ ਕੋਈ ਇੱਦਾਂ ਦਾ, ਕੋਈ ਸੁਣਿਆ ਹੋਵੇ ਕੁਛ? ਸੁਣਿਆ ਬਹੁਤ ਹੈ, ਸੁਣਿਆ ਬਹੁਤ, ਜਿਵੇਂ ਤੁਸੀਂ ਕਿਹਾ ਵੀ ਲੋਕ ਚਿਤਾ ਉੱਠ ਜਾਂਦੇ ਆ ਜਾਂ ਕਈ ਚੀਜ਼ਾਂ ਹੁੰਦੀਆਂ, ਕਈ ਲੋਕ ਜਿਵੇਂ ਪੁਨਰ ਜਨਮ ਵੀ ਹੈਗਾ ਪਰ ਉਹ ਪਤਾ ਨਹੀਂ ਉਹ ਕਿੰਨਾ ਕੁ ਸੱਚ ਹੈ ਕੀ ਆ, ਉਹ ਸੁਣਿਆ ਬਹੁਤ ਹੈ, ਪੜ੍ਹਿਆ ਵੀ ਆ, ਸੁਣਿਆ ਵੀ ਆ, ਪਰ ਇੱਦਾਂ ਦਾ ਕੋਈ ਇੰਸੀਡੈਂਟ ਹੋਇਆ ਨਹੀਂ ਪਰਸਨਲ। ਜਦੋਂ ਖੁਦ ਨੂੰ ਤੁਹਾਨੂੰ ਇਹ ਕਿਰਦਾਰ ਔਫਰ ਹੋਇਆ ਸੀਗਾ, ਕਿੱਦਾਂ ਦਾ ਉਹ ਸੀ ਥੋਟ ਸੀਗਾ ਕਿ ਇਹ ਕਿਰਦਾਰ ਆ ਰਿਹਾ ਮੇਰੇ ਕੋਲ, ਕਿੱਦਾਂ ਕਰਨਾ ਚਾਹੀਦਾ? ਮੈਨੂੰ ਲੱਗਿਆ ਡਿਫਰੈਂਟ ਹੈ ਥੋੜ੍ਹਾ ਜਿਹਾ, ਮਜ਼ਾ ਆਏਗਾ ਅਤੇ, ਪਰ ਮਜ਼ਾ ਵੀ ਆਇਆ ਕਰਕੇ। ਔਰ ਇਹ ਨਾ ਜਿਹੜੇ ਆ ਜਿਵੇਂ ਮਤਲਬ ਮੈਨੂੰ ਲੱਗਦਾ ਵੀ ਜਿਹੜੀਆਂ ਆਤਮਾਵਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ, ਉਹ ਤੁਹਾਡਾ ਇਨਰ ਆ ਬੇਸਿਕਲੀ, ਮੈਨੂੰ ਲੱਗਦਾ ਹੈ ਜਦੋਂ ਤੁਸੀਂ ਕਿਸੇ ਨੂੰ ਮਿਸ ਕਰਦੇ ਹੋ ਨਾ
ਤੁਸੀਂ ਮਹਿਸੂਸ ਕਰਦੇ ਹੋ ਕਿ ਲੋਕ ਮੇਰੇ ਆਸ ਪਾਸ ਨੇ ਜਾਂ ਉਹ ਚੀਜ਼ ਆ। ਕਈ ਵਾਰ ਆਪਾਂ ਕਹਿ ਦਿੰਦੇ ਯਾਰ ਮੈਨੂੰ ਆਪਣੇ ਪਿਓ ਦਾ ਜਾਂ ਵੱਡੇ ਦਾ ਆਸ਼ੀਰਵਾਦ ਆ, ਅਸੀਂ ਇਹ ਮੰਨਦੇ ਹਾਂ। ਕਈ ਵਾਰ ਅਸੀਂ ਮਹਿਸੂਸ ਕਰਦੇ ਹਾਂ ਉਹਦੇ ਚੰਗੀਆਂ ਗੱਲਾਂ ਔਰ ਉਹ ਤੁਹਾਨੂੰ ਉਹ ਸਪੋਰਟ ਵੀ ਕਰਦੇ ਹਾਂ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਭਾਅ ਜੀ ਦੇ ਕਰੈਕਟਰ ਬਾਰੇ। ਡਾਇਰੈਕਟਰ ਸਾਹਿਬ ਨੇ ਇਹਨਾਂ ਨਾਲ ਗੱਲ ਕੀਤੀ ਸੀ ਕਿ ਇੱਦਾਂ ਦਾ ਕਰੈਕਟਰ ਹੈ। ਅੱਛਾ, ਇਹਨਾਂ ਨੇ ਕਰੈਕਟਰ ਸੁਣ ਕੇ ਕਿਸੇ ਹੋਰ ਦਾ ਨਾਂ ਲਿੱਤਾ ਯਾਰ, ਉਹ ਤੋਂ ਕਰਵਾਓ ਭਾਜੀ। ਤੁਹਾਨੂੰ ਪਤਾ ਕੀ ਤੋਂ ਕਹਿ ਗਈ, ਕੀ ਤੋਂ ਕਹਿ ਸਕਦਾ ਪੰਕਜ ਕਪੂਰ ਤੋਂ ਕਰਵਾਓ ਕਹਿੰਦੇ। ਹਾਂ, ਉਹ ਇਹਨਾਂ ਦੇ ਦੋਸਤ ਵੀ ਹੈਗੇ ਹਾਂ, ਉਹ ਤੋਂ ਕਰਵਾਓ ਕਹਿੰਦੇ। ਹਰਜੋਤ ਭਾਅ ਜੀ ਕਹਿੰਦੇ ਯਾਰ ਅਸੀਂ ਭਾਅ ਜੀ ਤੁਹਾਡਾ ਸੋਚੀ ਜਾਂਦੇ ਹਾਂ। ਚਲੋ ਐਨੀਵੇ ਕਿਸੇ ਤਰੀਕੇ ਨਾਲ ਉਹਨਾਂ ਨਾਲ ਗੱਲ ਵੀ ਹੋ ਗਈ ਫੋਨ 'ਤੇ, ਹੈ ਨਾ, ਅਤੇ ਉਹ ਕੁਦਰਤੀ ਉਹਨਾਂ ਦੀਆਂ ਡੇਟਾਂ ਡੂਟਾਂ ਮੈਚ ਨਹੀਂ ਹੋਈਆਂ ਜਿਹੜੀਆਂ ਕਿ ਅਸੀਂ ਚਾਹੁੰਦੇ ਸੀ ਕਿ ਨਾ ਹੋਣ, ਅਤੇ ਬੈਕ ਟੂ ਫੇਰ ਸੁੱਖੀ ਭਾਅ ਜੀ ਕੋਲ ਕਿ ਤੁਸੀਂ ਕਰੋਗੇ। ਪਰ ਭਾਅ ਜੀ ਨੇ ਬਾਕਮਾਲ, ਇਹ ਪਹਿਲੀ ਵਾਰ ਦੱਸਣ ਲੱਗਿਆ, ਇੰਟਰਵਿਊਜ਼ ਇੰਨੀਆਂ ਹੋ ਗਈਆਂ, ਪਹਿਲੀ ਵਾਰ ਇਹ ਗੱਲ ਦੱਸੀ ਹੈ ਕਿ ਕੋਈ ਆਰਟਿਸਟ ਕਿੰਨਾ ਚੰਗਾ ਹੋ ਸਕਦਾ। ਇਹਨਾਂ ਨੇ ਕਿਸੇ ਹੋਰ ਦਾ ਨਾਂ ਲਿਆ ਕਿ ਯਾਰ ਉਹ ਬੈਟਰ ਕਰੂਗਾ। ਸੋ ਇਹਦੇ ਲਈ ਬਹੁਤ ਵੱਡਾ ਦਿਲ ਵੀ ਚਾਹੀਦਾ। ਬਿਲਕੁਲ। ਅਤੇ ਭਾਅ ਜੀ ਤੁਸੀਂ, ਅਸੀਂ ਤਾਂ ਤੁਹਾਨੂੰ ਹਿੱਸਾ ਬਣਾਉਣਾ ਚਾਹੁੰਦੇ ਸੀ, ਸੋ ਥੈਂਕ ਯੂ ਸੋ ਮਚ। ਅਤੇ ਭਾਅ ਜੀ ਦੀ ਡਾਇਲੋਗ ਡਿਲੀਵਰੀ ਵੀ ਬੜੀ ਕਮਾਲ ਦੀ ਹੁੰਦੀ, ਇੱਕ ਨੈਚੁਰਲ ਜੀ ਹੁੰਦੀ ਹੈ ਨਾ ਉਹ ਚੀਜ਼ ਨੂੰ, ਤੁਸੀਂ ਜਦੋਂ ਤੁਹਾਡੇ ਵਿੱਚ ਉਹਨਾਂ ਦੀ ਆਤਮਾ ਆਉਂਦੀ ਤਾਂ ਉਹ ਚੀਜ਼ ਨੂੰ ਡਬ ਕਰਨਾ, ਉਸ ਤਰੀਕੇ ਦੀ ਨਕਲ ਕਰਨੀ ਕਿੰਨਾ ਕੁ ਔਖਾ ਸੀ। ਕਰ ਲੈਣਾ, ਮੈਂ ਕਰ ਲੈਣਾ। ਇਹ ਦੋ ਤਿੰਨ ਲੋਕ ਹੈ ਜਿਹੜੇ ਮੇਰੇ ਤੋਂ ਮੇਰੀ ਡਾਇਲੋਗ ਡਿਲੀਵਰੀ ਜ਼ਿਆਦਾ ਬਿਹਤਰ ਕਰਦੇ ਆ। ਕੀ ਹੋਏ, ਇੱਕ ਆ ਕਰਮਜੀਤ ਭਾਅ ਜੀ ਖੜੇ ਆ, ਕੋਈ ਇੱਦਾਂ ਦਾ ਕੋਈ ਡਾਇਲੋਗ ਜਿਹੜਾ ਕਰਮਜੀਤ ਭਾਅ ਜੀ ਫਿਲਮ ਦਾ ਹਿੱਸਾ। ਅਤੇ ਭਾਅ ਜੀ ਕੋਈ ਇੱਦਾਂ ਦਾ ਡਾਇਲੋਗ ਜਿਹੜਾ ਟ੍ਰੇਲਰ ਦੇ ਵਿੱਚ ਆ ਚੁੱਕਿਆ ਹੋਵੇ ਉਹ ਤੁਹਾਡੇ ਦੋਨਾਂ ਦਾ ਹੋਵੇ, ਕੋਈ ਆਡੀਅੰਸ ਨੂੰ ਕਰਕੇ ਸੁਣਾਉਣਾ ਜਿਹੜਾ ਆਪਾਂ ਨਹੀਂ ਜਿਹੜਾ ਮੈਡਲ ਦਾ ਬੋਲ, ਮੈਂ ਤਾਂ ਛੱਡ ਦੀ ਦਾਦਾ ਇਹਨੂੰ ਹੱਥ ਪੈ ਗਈ। ਆਹੋ, ਹਾਂ ਚਲੋ ਜੀ, 1 2 3 ਮੈਂ ਤਾਂ ਛੱਡਦੀ ਸੀ, ਨਹੀਂ ਮੈਂ ਤਾਂ ਛੱਡਦੀ ਸੀ ਜੀ, ਇਹਨੂੰ ਹੱਥ ਪੈ ਗਈ। ਸਾਰਾ ਕੁਛ ਸਹੀ ਜਾਵੇ ਤਾਂ ਆਈ ਡੋਂਟ ਫੋਕਸ ਔਨ ਦੈਟ ਇਨ ਦ ਸੈਂਸ। ਓਬਵੀਅਸਲੀ ਜੋ ਇਹਨਾਂ ਦੇ ਵਿੱਚ ਸਿਚੁਏਸ਼ਨ ਸੀਗੀ, ਮੈਨੂੰ ਸਭ ਤੋਂ ਡਿਫੀਕਲਟ ਚੀਜ਼ ਲੱਗੀ ਕਿ ਇਹਨਾਂ ਨੂੰ ਇਗਨੋਰ ਕਰਨਾ, ਕੋਰਸ ਨੂੰ ਇਗਨੋਰ ਕਰਨਾ। ਅਦਰਵਾਈਜ਼ ਆਈ ਕਾਈਂਡ ਆਫ ਟ੍ਰਾਈ ਐਂਡ ਸਟੇ ਫੋਕਸਡ ਔਨ ਦ ਜੋਬ। ਜੇ ਹਾਸਾ ਚੱਲ ਰਿਹਾ ਵੀ ਹੋਵੇ ਸੀਨ ਵਿੱਚ, ਆਈ ਸਟਿਲ ਫੋਕਸ ਕਿ ਮੈਂ ਨਾ ਹੱਸਾਂ ਕਿ ਸੀਨ ਨਾ ਖਰਾਬ ਹੋ ਜਾਏ, ਯੂ ਨੋ ਮੇਰੀ ਹੈ। ਤੇ ਤੁਹਾਡੀ ਫਿਲਮ ਦਾ ਮੈਂ ਕਹਿੰਦਾ ਇੱਕ ਸਭ ਤੋਂ ਕਿਊਟ ਆ ਪਾਰਟ ਨਵ ਭਾਜੀ ਵੀ ਨੇ, ਜੋ ਟ੍ਰੇਲਰ ਦੇ ਵਿੱਚ ਦੇਖਿਆ ਨਾ, ਕਿ ਉਹਨਾਂ ਦੀ ਜਿਹੜੀ ਡਾਇਲੋਗ ਡਿਲੀਵਰੀ ਹੈ, ਸਮਾਈਲ ਆਈ ਦੀ ਮੂੰਹ ਤੇ, ਉਹ ਚੀਜ਼ਾਂ ਉਹਨਾਂ ਨਾਲ ਕਿੱਦਾਂ ਲਿੰਕ ਅਪ ਹੋਇਆ ਸੀਗਾ? ਨਹੀਂ, ਮੇਰੇ ਲਈ ਤਾਂ ਕਿਊਟ ਨਹੀਂ ਹੈਗੇ ਉਹ ਫਿਲਮ 'ਚ, ਮੇਰੇ ਨਾਲ ਤਾਂ ਉਹਨਾਂ ਦੀ ਸਾਰੀ ਫਿਲਮ 'ਚ ਖੜਕਦੀ ਹੋਈ ਰਹਿੰਦੀ ਹੈ। ਅਤੇ ਬਹੁਤ ਬਾ ਕਮਾਲ ਆਰਟਿਸਟ ਆ, ਕਮਾਲ ਦਾ ਐਕਟਰ ਹੈ, ਜਿੰਨਾ ਕਮਾਲ ਦਾ ਐਕਟਰ, ਨੈਚੁਰਲ ਐਕਟਰ ਬਹੁਤ ਘੱਟ ਹੈ ਆਪਣੀ ਇੰਡਸਟਰੀ ਦੇ ਵਿੱਚ ਵੀ, ਅਤੇ ਉੱਦਾਂ ਵੀ ਹੀ ਇਜ਼ ਅ ਵੈਰੀ ਨੈਚੁਰਲ ਆਰਟਿਸਟ। ਤੁਸੀਂ ਉਹਨਾਂ ਦੀ ਜਿਹੜੀਆਂ ਟਿਕਟੋਕ 'ਤੇ ਵੀਡੀਓ ਵਾਇਰਲ ਹੁੰਦੀ ਸੀ ਉਹ ਦੇਖੀਆਂ ਸੀ? ਹਾਂ, ਸਾਰੀਆਂ ਦੇਖੀਆਂ, ਸਾਰੀਆਂ। ਉਹ ਲੂੰਬੜਾ ਆ ਤਾਂ ਹੀ ਤਾਂ ਉਹਦੇ ਵਿੱਚ ਪਾਇਆ ਨਾ ਡਾਇਲੋਗ, ਅਤੇ ਤੂੰ ਇੱਥੇ ਗੇੜੀਆਂ ਮਾਰਦਾ ਫਿਰਦਾ, ਉਹ ਪਾਤਰੇ ਭਾਲੂ ਆਇਆ, ਫਿਰ ਅਸੀਂ ਕਹਿੰਦੇ ਨਾ ਭਾਲੂ ਤਾਂ ਨਹੀਂ ਆਇਆ, ਲੂੰਬੜਾ ਆਇਆ ਫਿਰ ਨਵਾਂ ਐਡ ਕੀਤਾ ਹੈ। ਸੋ ਬੜੀਆਂ ਚੀਜ਼ਾਂ ਇਹੋ ਜਿਹੀਆਂ, ਮੈਨੂੰ ਉਹਨਾਂ ਦੀ ਕ੍ਰਿਕਟ ਵਾਲੀ ਵੀਡੀਓ ਵਧੀਆ ਲੱਗਦੀ ਹੈ। ਸਾਡੇ ਪਿੰਡ ਹੀ ਜੰਮਣਾ ਸੀ, ਸਾਡੇ ਪਿੰਡ ਜੰਮਣਾ ਸੀ, ਤੂੰ ਕ੍ਰਿਕਟ ਹੀ ਖੇਡਣੀ ਸੀ, ਕ੍ਰਿਕਟ ਹੀ ਖੇਡਣੀ ਸੀ, ਸਾਡੀ ਟੀਮ 'ਚ ਗੁੱਡ, ਵੈਰੀ ਗੁੱਡ ਭਾਅ ਜੀ। ਗਾਉਂਦੇ ਵੀ ਬਹੁਤ ਸੋਹਣਾ, ਇੱਕ ਅਸੀਂ ਇੰਟਰਵਿਊ 'ਚ ਗਵਾਇਆ ਵੀ ਉਹਨਾਂ ਤੋਂ, ਉਹ ਅਗਲੇ ਦਿਨ ਹੀ ਪੈਸੇ ਮੰਗਣ ਲੱਗ ਗਿਆ। ਸੋ ਅਸੀਂ ਆਖਿਆ ਵੀ ਚਲ ਹੁਣ ਗਾਉਣ ਫੋਨ ਵਾਲਾ ਫਿਰ ਘੱਟ ਹੀ ਉਹਨਾਂ ਨੂੰ ਕਹਿੰਦੇ, ਐਕਟਿੰਗ ਤਾਂ ਠੀਕ ਹੈ ਚੱਲੀ ਜਾਂਦਾ। ਤੁਹਾਡੇ ਕੋਲ ਭਾਅ ਜੀ ਜਦੋਂ ਇਹ ਕਿਰਦਾਰ ਆਇਆ ਸੀਗਾ, ਤੁਸੀਂ ਕਿਹਾ ਨਹੀਂ ਕਿ ਯਾਰ ਉੱਚਾ ਲੰਬਾ ਸੋਹਣਾ ਸੁਣਾ ਕਾਕਾ ਗੱਭਰੂ, ਕੋਈ ਐਕਸ਼ਨ ਵਗੈਰਾ ਕਰੋ? ਥੋੜ੍ਹੇ ਆ ਸੋਹਣਾ ਸੁਨੱਖੇ ਦਾ ਤਾਂ ਨਹੀਂ ਮੈਨੂੰ ਪਤਾ,
ਬਹੁਤ ਮੈਸੇਜ ਕਰਦੇ ਆ ਲੋਕ ਕਿ ਭਾਈ ਕੋਈ ਬੈਲੀਆਂ ਵਾਲੀ ਫਿਲਮ ਕਰੋ, ਕੋਈ ਐਂ ਕਰੋ ਐਂ ਕਰੋ, ਹੈ ਨਾ, ਵੀ ਧਾਕੜ ਜੀ ਕੋਈ ਮਾਰ ਧਾੜ ਵਾਲੀ ਕਰੀਏ। ਮੈਨੂੰ ਲੱਗਦਾ ਇਹ ਐਕਟਰ ਦੀ ਐਕਟਰ ਲਈ ਚੈਲੇਂਜ ਹੀ ਇਹ ਹੁੰਦਾ ਜਦੋਂ ਤੁਸੀਂ ਲੋਕ ਤੁਹਾਡੇ ਤੋਂ ਕੁਛ ਹੋਰ ਐਕਸਪੈਕਟ ਕਰ ਰਹੇ ਆ ਅਤੇ ਤੁਸੀਂ ਕੁਛ ਹੋਰ ਕਰ ਲਓ, ਹੈ ਨਾ, ਅਤੇ ਉਹਦੇ 'ਚ ਠੀਕ ਠਾਕ ਕੰਮ ਕਰ ਲਓ। ਸੋ ਮੈਂ ਫਿਲਮ ਆਉਣ ਤੋਂ ਪਹਿਲਾਂ ਤਾਂ ਕੀ ਕਹਾਂ, ਅਤੇ ਪਰ ਮੈਨੂੰ ਲੱਗਦਾ ਹੈ ਕਿ ਲੋਕ ਕਹਿਣਗੇ ਕਿ ਹਾਂ ਜੀ ਭਾਅ ਜੀ ਤੁਸੀਂ ਇਹ ਵੀ ਠੀਕ ਕਰ ਲਿਆ, ਵੀ ਤੁਸੀਂ ਇੱਦਾਂ ਦਾ ਵੀ ਕੁਛ ਠੀਕ ਕਰ ਲਓ। ਭਾਅ ਜੀ ਇੱਕ ਨਾ ਐਕਟਰਾਂ ਦੀ ਇਮੇਜ ਇੱਦਾਂ ਦੀ ਹੁੰਦੀ, ਜਿਵੇਂ ਮੰਨ ਲਓ ਆਪਣੇ ਦੇਵਕੋਟ ਭਾਅ ਜੀ ਹੋਣੀ ਹੋ ਗਈ, ਅਤੇ ਬਹੁਤ ਘੱਟ ਗਿਣਤੀ ਦੇ ਨਾਮ ਨੇ ਇੱਦਾਂ ਜਿਹਨਾਂ ਨੂੰ ਐਕਸ਼ਨ ਦੇ ਵਿੱਚ ਅਗਰ ਕਾਊਂਟ ਕੀਤੀ ਤਾਂ ਆਪਾਂ ਬਹੁਤ ਘੱਟ ਸੋਚਦੇ ਹਾਂ ਕਿ ਅਗਰ ਫੁੱਲੀ ਕੋਮੇਡੀ ਬਣਾਈ ਜਾਵੇ ਉਹਨਾਂ ਨੂੰ ਲੈ ਕੇ ਬਣਾਈਏ। ਤੁਹਾਡੇ ਮਾਇੰਡ 'ਚ ਵੀ ਇੱਦਾਂ ਦਾ ਕਿ ਤੁਹਾਡਾ ਵੀ ਕੁਛ ਇਸ ਤਰੀਕੇ ਦਾ ਸੈਟ ਹੋਵੇ ਕਿ ਅਗਰ ਆਡੀਅੰਸ ਦੇ ਮਾਇੰਡ ਦੇ ਵਿੱਚ ਨਾਮ ਆਵੇ ਹਰਸਿਮਰਨ ਤਾਂ ਇੱਕ ਐਕਸ਼ਨ ਜਾਂ ਕੋਈ ਉਸ ਤਰੀਕੇ ਦਾ ਕੋਈ ਤੁਹਾਡਾ ਜਿਹੜਾ ਤੁਹਾਡੇ ਦਿਮਾਗ 'ਚ ਜੋਨਰ ਹੋਵੇ ਉਸ ਤਰੀਕੇ ਦਾ ਹੋਵੇ, ਕੋਈ ਮਾਇੰਡ 'ਚ ਹੈਗਾ ਇੱਦਾਂ ਦਾ ਕੋਈ ਸੈਟ? ਮੈਂ ਤਾਂ ਰੋਮੈਂਟਿਕ ਐਕਸਟਰਾ ਰੋਮੈਂਟਿਕ ਵਾਲੀ ਚੀਜ਼ ਕਰਨ ਦੇ ਉਹਦੇ 'ਚ ਹੈ। ਅਤੇ ਦੇਵ ਭਾਅ ਜੀ ਦੀ ਗੱਲ ਕੀਤੀ ਹੈ, ਦੇਵ ਭਾਅ ਜੀ ਨੇ ਪਹਿਲਾਂ ਕਿੰਨੇ ਪਲੇ ਕੀਤੇ ਹੋਇਆ, ਕਿੰਨੀਆਂ ਜਿਹੜੀਆਂ ਸੀਡੀਆਂ ਵੇਖੀਆਂ ਹੁੰਦੀਆਂ ਸੀ, ਹੈ ਨਾ, ਕਾਮੇਡੀ ਕੀਤੀ ਅਤੇ ਹਾਂ ਮਾਨ ਸਾਹਿਬ ਨਾਲ ਕੀਤੀਆਂ ਇਹਨਾਂ ਨੇ, ਕਰਨਜੀਤ ਭਾਅ ਜੀ ਵਰਗੇ ਜਦੋਂ ਇਕੱਠੇ ਹੁੰਦੇ ਸੀ ਉਦੋਂ ਵੀ ਉਹਨਾਂ ਦਾ ਨਾਮ ਸੀ, ਹੁਣ ਇੰਡੀਵਿਜੁਅਲੀ ਐਸ ਇਨ ਜੇ ਉਹ ਹੀਰੋ ਫੇਮਸ ਹੋ ਗਏ ਤਾਂ ਇਹ ਹੈ ਕਿ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਉਸ ਤਰੀਕੇ ਨਾਲ ਕਰ ਲਿਆ, ਕਿਉਂਕਿ ਫਿਰ ਦੂਜੀ ਗੱਲ ਆ ਫਿਲਮਾਂ ਉਹਨਾਂ ਦੀਆਂ ਵਧੀਆ ਸੀਗੀਆਂ, ਉਹ ਬਲੈਕ ਹੀ ਲਾ ਲਓ, ਹੈ ਨਾ, ਅਤੇ ਉਹ ਜੇ ਕੁਛ ਉਹ ਵੀ ਰੋਮੈਂਟਿਕ ਕਰਨਗੇ ਅੱਜ ਦੀ ਡੇਟ ਦੇ ਵਿੱਚ ਜਾਂ ਕਾਮੇਡੀ ਕਰਨਗੇ ਮੈਨੂੰ ਲੱਗਦਾ ਵੀ ਲੋਕ ਪਸੰਦ ਕਰਨਗੇ, ਕਿਉਂਕਿ ਉਹਨਾਂ ਨੇ ਐਜ਼ ਐਨ ਐਕਟਰ ਪ੍ਰੂਵ ਕਰਤਾ। ਸੋ ਉਹੀ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਹਜੇ ਕੀ ਕੀਤਾ, ਅਤੇ ਮੈਂ ਅਗਲੇ ਆ 4-5 ਇਕੱਠੇ ਹੋ ਜਾਣਗੇ ਰੱਬ ਸੁੱਖ ਰੱਖੇ, ਵੀ ਫਿਰ ਕਹਿਣਗੇ ਵੀ ਇਹ ਸਾਰਾ ਕੁਛ ਹੀ ਹੋ ਜਾਂਦਾ, ਹੈ ਨਾ, ਬਾਕੀ ਹਜੇ ਤਾਂ ਸਿੱਖ ਹੀ ਜਾਂਦੇ। ਡਾਇਰੈਕਟਰ ਭਾਅ ਜੀ ਬਾਰੇ ਕੀ ਕਹਿਣਾ ਚਾਹੋਗੇ? ਡਾਇਰੈਕਟਰ ਭਾਅ ਜੀ ਅਸਲੀ ਸ਼ਦਾਈ ਉਹ ਹੈ, ਮੈਂ ਪਹਿਲੀ ਵਾਰ ਯੂਜ਼ ਕਰ ਰਿਹਾ ਵਰਡ ਡਾਇਰੈਕਟਰ ਭਾਅ ਜੀ ਲਈ। ਅਨਐਕਸਪੈਕਟਡਲੀ ਚੀਜ਼ ਕ੍ਰੀਏਟ ਕਰ ਦਿੰਦੀ ਆ, ਅਨਐਕਸਪੈਕਟਡਲੀ ਕਦੇ ਕਦੇ ਸੋਚ ਇੱਕ ਨਾ ਆਪਾਂ ਨੂੰ ਆਦਤ ਹੁੰਦੀ ਆ, ਆਪਾਂ ਨਾ ਉਹ ਦੀਵੀ ਥੱਲੇ ਹਨੇਰੇ ਵਾਲੀ ਗੱਲ, ਆਪਾਂ ਆਪਦੇ ਯਾਰ ਦੋਸਤ ਨੂੰ ਥੋੜ੍ਹਾ ਹਲਕਾ ਲੈ ਲੈਂਦੇ ਹਾਂ, ਹੈ ਨਾ, ਅਤੇ ਦੇਖੋ ਲੜਾਕਾ ਬਹੁਤ ਹੈ, ਉਹਨੇ ਗਲਤ ਵੀ ਹੈ ਨਾ ਭਾਵੇਂ ਆਪ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਗਲਤੀ ਹੈ, ਮੰਨਣੀ ਥੋੜ੍ਹੀ ਉਹਨਾਂ ਨੇ, ਮਤਲਬ ਉਹ ਨਹੀਂ ਮੰਨ, ਹਾਂ ਉਹ ਅੱਛਾ ਸਵਾਦ ਬੜਾ ਉਹਨਾਂ ਨੂੰ ਲੜਕੇ, ਹੁਣ ਇਹ ਤਾਂ ਪਤਾ ਹੀ ਹੈ ਵੀ ਅਸੀਂ ਕਿਹੜਾ ਮੁੱਕੋ ਮੁੱਕੀ ਹੁਣ, ਹੈ ਨਾ, ਇਹ ਤਾਂ ਕਲੀਅਰ ਹੀ ਹੈ। ਅਤੇ ਮੈਨੂੰ ਫਿਰ ਬਹੁਤ ਟਾਈਮ ਬਾਅਦ ਪਤਾ ਲੱਗਿਆ ਵੀ ਇਹ ਸਵਾਦ ਲੈਂਦਾ ਲੜਨ ਦਾ, ਫਿਰ ਮੈਂ ਕਿਹਾ ਮੈਂ ਹੁਣ ਇੱਕ ਸੌਰੀ ਟੂ ਕੱਟ ਬਟ ਇੱਕ ਹੋਰ ਚੀਜ਼ ਵੀ ਕਰਦੇ ਆ, ਸ਼ੇਖਰ ਨਹੀਂ ਹਰਸਿਮਰਨ, ਸੌਰੀ ਟੂ ਕੱਟ, ਅੱਛਾ ਸੌਰੀ ਤੁਹਾਨੂੰ ਸਾਰਿਆਂ ਨੂੰ ਅਸੀਂ ਇਟਸ ਨਾਟ ਇਵਨ ਮੀ, ਚਲੋ ਕੋਈ ਨਹੀਂ, ਸੌਰੀ ਟੂ ਕੱਟ, ਬਟ ਇੱਕ ਹੋਰ ਚੀਜ਼ ਕਿ ਹਰਜੋਤ ਜੀ ਨੂੰ ਲੜਾਈ ਕਰਾਉਣ ਦੀ ਬਹੁਤ ਮਜ਼ਾ, ਓ ਯੈਸ ਆਈ ਵਾਂਟ ਟੂ ਸੇ ਦਿਸ, ਆਈ ਵਾਂਟ ਟੂ ਸੇ ਦਿਸ, ਹੈ ਨਾ, ਉਹ ਭਾਜੀ ਸਿੱਖੀ ਭਾਜੀ ਆਏ ਕਹਿੰਦੇ ਦੱਸ, ਹਾਂ ਉਹ ਭਾਜੀ ਕਰਮਜੀਤ ਭਾਜੀ ਆਏ ਰਹੀ ਜਾਂਦੇ ਆ, ਯਾਰ ਮੈਂ ਜੀ ਨੂੰ ਕੀ ਕਹਦਾ, ਮੈਨੂੰ ਤਾਂ ਫਿਰ ਪਤਾ ਲੱਗ ਗਿਆ ਰੋਨੀ ਜੀ ਨੂੰ ਕਹਿੰਦੇ ਕਿ ਸਾਡੀ ਪਹਿਲਾ ਦਿਨ ਸੀਗਾ ਸ਼ੂਟ ਦਾ, ਅਤੇ ਮਤਲਬ ਕਿ ਰੋਨੀ ਜੀ ਨੂੰ ਕਹਿੰਦੇ ਕਿ ਮੈਂਡੀ ਕਹਿੰਦੀ ਆ ਕਿ ਉਹ ਤੁਹਾਨੂੰ ਲਿਫਟ ਨਹੀਂ ਦੇਗੀ ਆਪਣੀ ਉਹ ਕਹਿੰਦੇ ਵਿੱਚ ਕਾਰ ਵਿੱਚ ਟੂ ਦਾ ਹੋਟਲ, ਸੇਮ ਹੋਟਲ ਜਾਣਾ ਸੀ ਅਸੀਂ, ਉਹ ਕਹਿੰਦੀ ਨਹੀਂ ਮੈਂ ਮੇਨ ਲੀਡ ਆਰਟਿਸਟ ਹਾਂ ਸੋ ਮੈਨੂੰ ਇੱਕ ਸੈਪਰੇਟ ਕਾਰ ਚਾਹੀਦੀ ਆ, ਮਲਕੀਤ ਜੀ ਨੂੰ ਸੈਪਰੇਟ ਕਾਰ ਦਿਓ, ਫਿਰ ਮਲਕੀਤ ਜੀ ਮੇਰੇ ਕੋਲ ਆਏ ਕਿ ਮੈਂਡੀ ਤੂੰ ਇੱਦਾਂ ਦਾ ਕੁਛ ਕਿਹਾ, ਮੈਂ ਕਿਹਾ ਯੂ ਥਿੰਕ ਤੁਸੀਂ ਮੈਨੂੰ ਇੰਨੇ ਸਾਲਾਂ ਤੋਂ ਜਾਣਦੇ ਹੋ ਕਿ ਮੈਂ ਇੱਦਾਂ ਦੇ ਕੁਛ ਕਹੂੰਗੀ, ਮੈਂ ਆਪ ਟੈਕਸੀ ਕਰਕੇ ਆ ਜਾਵਾਂਗੀ ਤੁਹਾਨੂੰ ਗੱਡੀ ਦੇ ਦੇਵਾਂਗੀ ਉਹ ਜਾਂ ਫਿਰ ਆਪਾਂ ਇਕੱਠੇ ਜਾਵਾਂਗੇ। ਹਰਜੋਤ ਨੇ ਜਿੱਦਾਂ ਕਿਹਾ ਮੈਂ ਕਿਹਾ ਕਮਾਲ, ਉਹਨੂੰ ਤਾਂ ਬਸ ਮਜ਼ੇ ਲੈ ਰਹੇ ਨੇ ਤੁਸੀਂ, ਤੇ ਮਜ਼ੇ ਉਹਨੂੰ ਅਸਲ ਦੇ ਵਿੱਚ ਆਉਂਦੇ, ਇਹ ਨਹੀਂ ਇੱਕ ਤਾਂ ਹੁੰਦਾ ਮਜ਼ਾਕ ਵਾਲੇ ਮਜ਼ੇ, ਸੀਰੀਅਸਲੀ ਲੜਾਈ ਕਰਾ ਦਿੰਦਾ, ਜਦ ਲੜਾਈ ਹੋਵੇ ਨਾ ਉਹ ਤੱਕ ਵੀ ਐਕਚੁਅਲੀ ਹੀ ਜਸਟ ਲੈਟਸ ਇਟ ਕੰਟੀਨਿਊ,
ਪਿੱਛੇ ਬੈਠੇ ਲਾਈਕ ਹੱਸਦੇ ਰਹਿਣਗੇ ਕਰੇ ਸੁਲਾ ਕਰਾਈ ਪਰ ਲੜਾਈ ਤੋਂ ਬਾਅਦ ਨਾ ਥਿੰਕ ਸੋ ਨੋ 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 ਤੁਸੀਂ ਆਪੇ ਕਰਦੇ ਹੋ ਉਹ ਉਸੇ ਗਲਤੀ ਨਹੀਂ ਤਾਂ ਨਹੀਂ ਭਾਜੀ ਨਹੀਂ ਨਹੀਂ ਕਿਹਾ ਸੀ ਓਏ ਹੋਏ ਜਸਟ ਫॉर ਫਨ ਇਸ ਹਾਮਲੈਸ ਵੈਰੀ ਨਾਈਸ ਚਲੋ ਭਾਈ ਤੁਹਾਡੇ ਕਿਰਦਾਰ ਦੇ ਵਿੱਚ ਕਿੰਨੀ ਕੁ ਤੁਸੀਂ ਮੌਕੇ ਤੇ ਆ ਕੇ ਇੰਪਰੋਵਾਈਜ਼ੇਸ਼ਨ ਕੀਤੀ ਕਿਰਦਾਰ ਨੂੰ ਲਈ ਇਹ ਚ ਨਾ ਇੱਕ ਖੂਬਸੂਰਤੀ ਇੱਕ ਫਿਲਮ ਦੀ ਬਹੁਤ ਅੱਛੀ ਹੈ ਇਹ ਚ ਡਾਇਲੋਗ ਬਹੁਤ ਘੱਟ ਨੇ ਟੋਟਲ ਫਿਲਮ ਫੀਲ ਦੀ ਆ ਐਕਸਪ੍ਰੈਸ਼ਨ ਦੀ ਔਰ ਫੀਲ ਦੀ ਆ ਇਹ ਚ ਬੋਲਣ ਦੀ ਲੋੜ ਨਹੀਂ ਸੀ ਲਿਖਿਆ ਹੀ ਬਹੁਤ ਪ੍ਰਸਾਈਜ਼ ਸੀਗਾ ਟੂ ਦੀ ਪੁਆਇੰਟ ਕਿਉਂਕਿ ਉਹਦਾ ਅੱਗੇ ਰਿਸਪੋਂਸ ਵੀ ਟੂ ਦੀ ਪੁਆਇੰਟ ਹੀ ਆਉਂਦਾ ਜੇ ਆਪਾਂ ਕੋਈ ਵੀ ਸ਼ਬਦ ਅੱਗੇ ਪਿੱਛੇ ਕਰੀਏ ਉਹਦਾ ਪੂਰਾ ਗ੍ਰਾਫ ਹੀ ਅੱਗੇ ਪਿੱਛੇ ਹੋ ਜਾਂਦਾ ਸੀਗਾ ਅਤੇ ਜੇ ਇੰਪਰੋਵਾਈਜ਼ ਕਰਨ ਦਾ ਬਿਲਕੁਲ ਨਹੀਂ ਸੀ ਉਹ ਕੀਤਾ ਵੀ ਨਹੀਂ ਕਿਸੇ ਨੇ ਹਾਂ ਜੋ ਲਿਖਿਆ ਉਹੀ ਉਹੀ ਅਤੇ ਲਾਸਟ ਵਿੱਚ ਮੈਂ ਇਹੀ ਕਹੂੰਗਾ ਕਿ ਆਡੀਅੰਸ ਨੂੰ ਜ਼ਰੂਰ ਦੱਸ ਦਿਓ ਕਦੋਂ ਰਿਲੀਜ਼ ਹੋ ਗਈ ਫਿਲਮ 21 ਜੂਨ ਨੂੰ ਹੋ ਰਹੀ ਹੈ 21 ਜੂਨ 2024 ਸਾਡੀ ਫਿਲਮ ਆ ਰਹੀ ਹੈ ਜੀ ਮਿਸਟਰ ਸ਼ੁਦਾਈ ਸਿਨੇਮਾ ਘਰਾਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਪਰਿਵਾਰਕ ਫਿਲਮ ਹੈ ਬੱਚੇ ਬਹੁਤ ਇੰਜੋਏ ਕਰਨਗੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਅਤੇ ਇੱਕ ਜਿਹੜਾ ਮੈਂ ਕਹਿਣਾ ਐਜ਼ ਐਨ ਆਰਟਿਸਟ ਨੋਟ ਐਜ਼ ਐਨ ਐਕਟਰ ਔਰ ਸਿੰਗਰ ਐਜ਼ ਐਨ ਆਰਟਿਸਟ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਵਾਅਦਾ ਕਰਨਾ ਚਾਹੁੰਦਾ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਬਹੁਤ ਬਾ ਕਮਾਲ ਬੇਮਿਸਾਲ ਫਿਲਮ ਦੇਖ ਕੇ ਤੁਸੀਂ ਬਾਹਰ ਨਿਕਲੋਗੇ ਅਤੇ ਸਾਨੂੰ ਜ਼ਰੂਰ ਦੱਸਿਓ ਕਿਵੇਂ ਲੱਗੀ